ਨਹੀਂ ਪਊਗੀ ਹੈ ਨਾ। ਸੋ ਮੈਂ ਤੁਹਾਨੂੰ ਹਰ ਇੱਕ ਚੀਜ਼ ਸਕਰੀਨ ਤੇ ਦੱਸ ਦਿੰਨਾ ਕਿ ਬੈਲਟ ਦੇ ਵਿੱਚ ਕਿਵੇਂ ਐਂਟਰੀ ਕਰਨੀ ਹੈ, ਠੀਕ ਹੈ। ਸੋ ਤੁਸੀਂ ਵੀਡੀਓ ਨੂੰ ਐਂਡ ਤੱਕ ਦੇਖ। ਹਾਂਜੀ, ਸਤਿ ਸ਼੍ਰੀ ਅਕਾਲ ਜੀ, ਜਪਜੀ ਧਾਲੀਵਾਲ UK ਚੈਨਲ ਤੇ ਤੁਹਾਡਾ ਸਵਾਗਤ ਹੈ। ਬੈਲਟ ਦੇ ਵਿੱਚ ਐਂਟਰੀ ਕਿਵੇਂ ਕਰਨੀ ਆ, ਬਹੁਤ ਜ਼ਿਆਦਾ ਕੁਐਸਚਨ ਆ। ਬੈਲਟ ਦੇ ਵਿੱਚ ਜਿਹੜੀ ਐਂਟਰੀ ਆ, ਜਿਹੜੀ 16 ਜੁਲਾਈ ਨੂੰ ਆਪਾਂ 1:30 ਵਜੇ ਓਪਨ ਹੋਣਾ, ਅਤੇ ਉਹ ਬੈਲਟ 'ਚ ਐਂਟਰੀ ਕਿਵੇਂ ਕਰਨੀ ਆ, ਬਹੁਤ ਸਾਰੇ ਬੰਦੇ ਵਾਰੀ ਵਾਰੀ ਇਹੀ ਗੱਲ ਪੁੱਛੀ ਜਾਂਦੇ ਆ। ਵੈਸੇ ਤਾਂ ਦੇਖੋ ਯਾਰ, ਉਹ ਲਿੰਕ 16 ਜੁਲਾਈ ਨੂੰ ਹੀ ਓਪਨ ਹੋਣਾ, ਅਤੇ ਆਪਾਂ ਉਹ ਜਿਹੜੀ ਐਂਟਰੀ ਆ 16 ਜੁਲਾਈ ਨੂੰ ਹੀ ਤੁਹਾਨੂੰ ਦਿਖਾ ਸਕਦੇ ਹਾਂ, ਹੈ ਨਾ, ਕਿ ਇਸ ਤਰੀਕੇ ਨਾਲ ਕਰਨੀ ਆ। ਬਟ ਇੱਕ ਮੈਂ ਪੁਰਾਣੀ ਵੀਡੀਓ ਚੱਕੀ ਆ ਕਿਸੇ ਦੀ ਯੂਟਿਊਬ ਤੋਂ, ਅਤੇ ਉਹਦੇ 'ਚ ਆਪਦੀ ਵੋਇਸ ਆ ਜਿਹੜੀ ਸੈੱਟ ਕਰਕੇ, ਹੈ ਨਾ, ਕਿਉਂਕਿ ਮੈਂ ਇਹ ਨਹੀਂ ਕਹਿੰਦਾ ਕਿ ਮੈਂ ਵੀਡੀਓ ਬਣਾਈ ਆ, ਹੈ ਨਾ, ਜੋ ਰਿਐਲਿਟੀ ਆ ਉਹ ਰਿਐਲਿਟੀ ਆ। ਸੋ ਉਹਦੇ 'ਚ ਆਪਦੀ ਵੋਇਸ ਨੋਟ ਕਰਕੇ ਤੁਹਾਨੂੰ ਮੈਂ ਵਿਖਾ ਦਿੰਦਾ ਕਿ ਕਿਵੇਂ ਕਿਵੇਂ ਐਂਟਰੀ ਹੋਊਗੀ, ਅਤੇ ਬਹੁਤ ਚਾਂਸ ਆ ਕਿ ਉੱਦਾਂ ਹੀ ਐਂਟਰੀ ਇਸ ਟਾਈਮ ਹੋਊਗੀ। ਇਹ ਮੇਰਾ ਵੀਡੀਓ ਬਣਾਉਣ ਦਾ ਮਕਸਦ ਇਹ ਨਹੀਂ ਆ ਕਿ ਤੁਸੀਂ ਜਲਦੀ ਜਲਦੀ ਦੇਖ ਲਓ, ਦੇਖ ਤਾਂ ਤੁਸੀਂ ਉਸ ਦਿਨ ਵੀ ਲਓਗੇ। ਇੱਕ ਤਾਂ ਮੈਨੂੰ ਐਂ ਕਿ ਜਿਹੜੇ ਕਾਲੇ ਆ ਨਾ, ਉਹ ਕਿਸੇ ਏਜੰਟਾਂ ਦੇ ਥਰੂ ਨਾ ਜਾਣ, ਹੈ ਨਾ, ਕਿਉਂਕਿ ਲੁੱਟ ਕਸੋਟ ਵਾਲਾ ਜਿਹੜਾ ਕੰਮ ਆ ਉਹ ਚੱਲ ਪਿਆ। ਮੈਂ ਦੇਖ ਲਿਆ, ਬਹੁਤ ਜ਼ਿਆਦਾ ਮੇਰੇ ਕੋਲ ਇਨਕੁਆਇਰੀ ਆ ਗਈ, ਕੋਈ ਕਿਵੇਂ ਕਹਿ ਰਿਹਾ, ਕੋਈ ਕਿਵੇਂ ਕਹਿ ਰਿਹਾ। ਸੋ ਯਾਰ, ਤੁਸੀਂ ਬੈਲਟ ਦੇਖ ਲਓ ਕਿਵੇਂ ਆ, ਤੁਸੀਂ ਦੇਖੋ ਵੀ ਤੁਹਾਨੂੰ ਏਜੰਟ ਕੋਲੇ ਜਾਣ ਦੀ ਜ਼ਰੂਰਤ ਪਊਗੀ ਕਿ ਨਹੀਂ ਪਊਗੀ, ਹੈ ਨਾ। ਸੋ ਮੈਂ ਤੁਹਾਨੂੰ ਹਰ ਇੱਕ ਚੀਜ਼ ਸਕਰੀਨ 'ਤੇ ਦੱਸ ਦਿੰਦਾ ਕਿ ਬੈਲਟ ਦੇ ਵਿੱਚ ਕਿਵੇਂ ਐਂਟਰੀ ਕਰਨੀ ਆ, ਠੀਕ ਹੈ। ਸੋ ਤੁਸੀਂ ਵੀਡੀਓ ਨੂੰ ਐਂਡ ਤੱਕ ਦੇਖਿਓ। ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਤੁਹਾਨੂੰ ਰਿਕੁਐਸਟ ਆ ਕਿ ਬੈਲਟ 'ਚ ਐਂਟਰੀ ਤਾਂ ਤੁਹਾਨੂੰ ਅੱਜ ਪਤਾ ਲੱਗ ਜੂਗੀ, ਪਰ ਚੈਨਲ ਨੂੰ ਵੀ ਸਬਸਕ੍ਰਾਈਬ ਤੁਸੀਂ ਅੱਜ ਕਰ ਲੈਣਾ, ਜੋ ਮਰਜ਼ੀ ਹੋ ਜੇ, ਅਤੇ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਓ ਜਿਹੜੇ ਬੰਦੇ ਕਹਿੰਦੇ ਆ ਬੈਲਟ 'ਚ ਕਿਵੇਂ ਐਂਟਰੀ ਆ, ਤਾਂ ਕਿ ਤੁਸੀਂ ਤੁਹਾਡਾ ਜਿਹੜਾ ਮਾਇੰਡ ਆ ਸੈੱਟ ਹੋ ਜਾਏ ਕਿ ਇਸ ਇਸ ਤਰੀਕੇ ਨਾਲ ਕਰਨੀ ਆ, ਅਤੇ ਉਸ ਦਿਨ ਜਦੋਂ ਆਪਾਂ ਬਣਾਵਾਂਗੇ ਵੀਡੀਓ, ਹੁਣ ਜੇ ਸਪੋਜ਼ ਕਰੋ 1:30 ਵਜੇ ਐਂਟਰੀ ਸ਼ੁਰੂ ਹੋਊਗੀ, ਤਾਂ 1:30 ਵਜੇ ਵੀਡੀਓ ਨਹੀਂ ਬਣਨੀ ਉਸ ਦਿਨ, ਕਿਉਂਕਿ ਉਹ ਇੱਕ ਲਾਈਨ ਲੱਗੂਗੀ ਲੰਬੀ ਕਤਾਰ ਦੇ ਵਿੱਚ ਆਪਾਂ ਲੱਗਾਂਗੇ। ਜਦੋਂ ਕਤਾਰ 'ਚ ਲੱਗਾਂਗੇ ਤਾਂ ਫਿਰ ਓਬੀਅਸਲੀ ਗੱਲ ਆ ਵੀ ਵੀਡੀਓ ਬਣਾਉਣ 'ਤੇ ਟਾਈਮ ਲੱਗੂਗਾ। ਸੋ ਪ੍ਰੀ ਵੀਡੀਓ ਮੈਂ ਬਣਾ ਦਿੰਦਾ, ਬਟ ਐਕਚੁਅਲ ਵੀਡੀਓ ਆ ਜਿਹੜੀ ਉਸ ਦਿਨ ਹੀ ਤੁਸੀਂ ਵੇਖਣੀ ਆ। ਥੋੜ੍ਹਾ ਜਿਹਾ ਤੁਸੀਂ ਆਪਣੇ ਆਪ ਨੂੰ ਰੈਡੀ ਕਰ ਸਕਦੇ ਆ ਕਿ ਹਾਂ ਯਾਰ ਇਹ ਮੈਂ ਕਰ ਸਕਦਾ। ਜਦੋਂ ਤੁਸੀਂ ਵੀਡੀਓ ਦੇਖ ਲਓਗੇ ਨਾ, ਤੁਸੀਂ ਕਹੋਗੇ ਹਾਂ ਯਾਰ ਇਹ ਤਾਂ ਕੁਛ ਵੀ ਨਹੀਂ, ਮੈਂ ਕਰ ਸਕਦਾ। ਸੋ ਇਹ ਵੀਡੀਓ ਬਣਾਉਣ ਦਾ ਮੇਰਾ ਮਕਸਦ ਇਹੀ ਆ ਕਿ ਤੁਹਾਡੇ 'ਚ ਵਿਸ਼ਵਾਸ ਪੈਦਾ ਹੋ ਜਾਏ ਕਿ ਹਾਂ ਯਾਰ ਬੈਲਟ 'ਚ ਐਂਟਰੀ ਮੈਂ ਹੀ ਕਰ ਸਕਦਾ, ਮੈਨੂੰ ਕਿਸੇ ਕੋਲ ਜਾਣ ਦੀ ਕੀ ਜ਼ਰੂਰਤ ਆ। ਸੋ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ, ਵੀਡੀਓ ਨੂੰ ਲਾਈਕ ਕਰ ਦਿਓ, ਸ਼ੇਅਰ ਕਰ ਦਿਓ, ਮੈਨੂੰ ਮੈਸੇਜ ਕਰਨਾ, ਇੰਸਟਾਗ੍ਰਾਮ 'ਤੇ ਆ ਜਾਓ ਅਤੇ ਵਾਇਸ ਨੋਟ ਛੱਡੋ, ਕੋਈ ਗੱਲ ਕਰਨੀ ਆਪਾਂ ਜ਼ਰੂਰ ਕਰਾਂਗੇ। ਕਈ ਬੰਦੇ ਮੈਨੂੰ ਕਹਿੰਦੇ ਆ ਵੀਜ਼ਾ ਅਪਲਾਈ ਕਰਨ ਨੂੰ ਕਿ ਮੈਂ ਉਹਨਾਂ ਦੀ ਐਂਟਰੀ ਲੋਟਰੀ ਪਾ ਦਿਆਂ। ਸੋ ਮੇਰੀ ਹੱਥ ਬੰਨ ਕੇ ਬੇਨਤੀ ਆ ਯਾਰ ਕਿ ਮੈਂ ਵੀਡੀਓ ਬਣਾਊਂਗਾ, ਤੁਸੀਂ ਉਹਨੂੰ ਦੇਖ ਕੇ ਹੀ ਆਪਣੇ ਆਪ ਹੀ ਪਾ ਸਕਦੇ ਹੋ ਲੋਟਰੀ, ਕੋਈ ਔਖਾ ਕੰਮ ਨਹੀਂ ਹੈ, ਹੈ ਨਾ। ਬਹੁਤ ਵੀਡੀਓ ਯੂਟਿਊਬ 'ਤੇ ਮਿਲਦੀਆਂ, ਇਕੱਲਾ ਮੈਂ ਨਹੀਂ, ਮੇਰੇ ਵਰਗੇ ਬਹੁਤ ਫਿਰਦੇ ਆ ਇੱਥੇ, ਹੈ ਨਾ। ਸੋ ਉਹ ਵੇਖ ਕੇ ਪਾ ਸਕਦੇ ਹੋ, ਬਟ ਫਿਰ ਵੀ ਜੇ ਹੁਣ ਤੁਸੀਂ ਹਟਦੇ ਹੀ ਨਹੀਂ ਗਏ, ਬਹੁਤ ਬੰਦੇ ਕਹਿੰਦੇ ਨਹੀਂ ਪਾਉਣੀ ਤੁਹਾਡੇ ਤੋਂ ਆ ਲੋਟਰੀ, ਫਿਰ ਮੈਂ ਤਾਂ ਵੀਰ ਫੀਸ ਰੱਖੀ ਹੈ ਥੋੜ੍ਹੀ ਜਿਹੀ, ਹੈ ਨਾ, ਕੰਟੈਕਟ ਕਰ ਲਿਓ, ਉਹ ਵੀ ਮੈਂ ਦੱਸ ਦੂੰਗਾ। ਮੈਂ ਨਹੀਂ ਚਾਹੁੰਦਾ ਤੁਸੀਂ ਮੇਰੇ ਤੋਂ ਲੋਟਰੀ ਪਾਓ, ਮੈਂ ਤਾਂ ਕਹਿੰਦਾ ਤੁਸੀਂ ਆਪੇ ਲੋਟਰੀ ਪਾਓ। ਚਲੋ ਮੈਂ ਤੁਹਾਨੂੰ ਵੀਡੀਓ ਦਿਖਾਉਂਦਾ, ਤੁਸੀਂ ਵੀਡੀਓ 'ਤੇ ਦੇਖੋ ਆਪਾਂ ਲੋਟਰੀ ਕਿਵੇਂ ਪਾਉਣੀ ਹੈ। ਸੋ ਬੈਲਟ ਸਿਸਟਮ 'ਚ ਜਾਣਾ ਪਹਿਲਾਂ ਆਪਾਂ, ਡਿਸਕ੍ਰਿਪਸ਼ਨ 'ਚ ਮੈਂ ਲਿੰਕ ਦੇ ਦੂੰਗਾ, ਤੁਸੀਂ ਖੋਲ੍ਹ ਸਕਦੇ ਹੋ ਬੈਲਟ ਸਿਸਟਮ। ਸੋ ਇੰਡੀਆ ਦਾ ਡਿਫਰੈਂਟ ਬੈਲਟ ਸਿਸਟਮ ਹੁੰਦਾ, ਹੈ ਨਾ। ਸੋ ਉਹਦੇ 'ਚ ਆਪਾਂ ਚੱਲ ਜਾਣਾ, ਇੰਡੀਆ ਯੰਗ ਪ੍ਰੋਫੈਸ਼ਨਲ ਸਕੀਮ ਵੀਜ਼ਾ ਬੈਲਟ ਸਿਸਟਮ, ਠੀਕ ਹੈ। ਸੋ ਇਹ ਪੁਰਾਣਾ, ਇਹਨੂੰ ਨਹੀਂ ਮੰਨ ਲੈਣਾ, ਇਹ ਪੁਰਾਣੀ ਵੀਡੀਓ ਆ, ਨਵੀਂ ਹਜੇ 16 ਜੁਲਾਈ ਨੂੰ 1:30 ਵਜੇ ਬਣੂਗੀ। ਸੋ ਇੱਥੇ ਆਪਾਂ ਜਾ ਕੇ ਐਂਟਰੀ ਕਰ ਦੇਣੀ ਆ। ਨਵੀਂ ਵੀ ਇਸ ਤਰੀਕੇ ਨਾਲ ਹੀ ਸਾਰਾ ਕੁਛ ਹੋਊਗਾ, ਪੁਰਾਣਾ ਇੱਦਾਂ ਨਹੀਂ ਆ ਕਿ ਇਹ ਕੁਛ ਬਦਲ ਜੂਗਾ। ਤੁਹਾਡਾ ਨੇਮ ਚਾਹੀਦਾ, ਡੇਟ ਆਫ ਬਰਥ ਚਾਹੀਦਾ, ਪਾਸਪੋਰਟ ਡਿਟੇਲ ਚਾਹੀਦੀ ਆ, ਸਕੈਨ ਚਾਹੀਦਾ, ਫੋਟੋ ਵਾਲਾ ਪੇਜ। ਸੋ ਉਹਨੂੰ ਖੋਲ੍ਹ ਲਿਆ। ਹੁਣ ਜਦੋਂ ਆਪਾਂ ਐਂਟਰੀ ਕਰਨ ਲੱਗੇ ਹਾਂ ਬੈਲਟ ਦੇ ਵਿੱਚ, ਇਸ ਤਰੀਕੇ ਨਾਲ ਹੀ ਤੁਹਾਡੀ ਵੀ ਇੱਕ ਕਿਊ ਲੱਗ ਜੂਗੀ, ਹੈ ਨਾ।
ਇੱਕ ਲਾਈਨ ਲੱਗ ਜੂਗੀ ਕਿ ਤੁਹਾਨੂੰ ਜੀ 44 ਮਿੰਟ ਉਹ ਆਜੂਗਾ, ਕਿਸੇ ਨੂੰ ਘੰਟਾ ਆਊਗਾ, ਕਿਸੇ ਨੂੰ 2 ਘੰਟੇ ਵੇਟ ਆਊਗਾ, ਕਿਸੇ ਨੂੰ 30 ਮਿੰਟ ਵੇਟ ਆਊਗਾ, ਕਿਸੇ ਨੂੰ 15 ਮਿੰਟ ਵੇਟ ਆਊਗਾ। ਪਰ ਇੱਕ ਮੈਂ ਤੁਹਾਡੀ ਨੌਲੇਜ ਲਈ ਦੱਸ ਦਿੰਦਾ ਕਿ ਇਹ ਜਿਹੜੀ ਵੇਟਿੰਗ ਹੈ ਨਾ, ਇਹ ਸ਼ੁਰੂ ਦੇ 16 ਜੁਲਾਈ ਨੂੰ ਹੀ ਰਹੂਗੀ, ਬਸ 11-12 ਵਜੇ ਤੱਕ। ਉਸ ਤੋਂ ਬਾਅਦ ਵੇਟਿੰਗ ਵੂਟਿੰਗ ਨਹੀਂ ਚੱਲੀ, ਉਸ ਤੋਂ ਬਾਅਦ ਸਿੱਧਾ ਹੀ ਬੈਲਟ ਦੇ ਵਿੱਚ ਐਂਟਰੀ ਵੱਜਣ ਲੱਗ ਜੂਗੀ। ਸੋ ਕਾਹਲੀ ਨਹੀਂ ਕਰਨੀ ਕਿਸੇ ਨੇ ਵੀ, 18 ਜੁਲਾਈ ਤੱਕ ਦਾ ਟਾਈਮ ਆ, ਸਵੇਰੇ 'ਚ ਕੋਈ ਕਾਹਲੀ ਕਰਨ ਦੀ ਜ਼ਰੂਰਤ ਨਹੀਂ ਆ। ਆਰਾਮ ਨਾਲ ਜਿਹੜੀ ਆਪਾਂ ਉਸ ਦਿਨ ਵੀਡੀਓ ਬਣਾਵਾਂਗੇ, ਤੁਹਾਨੂੰ ਮੈਂ ਭਰਾਊਂਗਾ, ਹੈ ਨਾ। ਸੋ ਉਸ ਇਸ ਤਰੀਕੇ ਨਾਲ ਜਦੋਂ ਤੁਸੀਂ ਵੇਟ ਵੇਟ ਕਰਦੇ ਕਰਦੇ ਤੁਹਾਡਾ 1 ਮਿੰਟ ਰਹਿ ਗਿਆ, ਹੈ ਨਾ, ਤੁਸੀਂ ਵੇਟ ਕਰੀ ਜਾਓਗੇ, 1 ਮਿੰਟ ਰਹਿ ਜੂਗਾ, ਹੈ ਨਾ, ਫਿਰ ਇਹ ਮਿੰਟ ਵੀ ਚੱਲ ਜੂਗਾ, ਫਿਰ ਜਿਹੜੀ ਤੁਹਾਡੀ ਵਾਰੀ ਆ ਜੂਗੀ। ਤੇ ਇੱਕ ਤੁਹਾਨੂੰ ਮੈਂ ਦੱਸ ਦਿੰਦਾ, ਜਦੋਂ ਤੁਹਾਡੀ ਕਿਊ ਦੇ ਵਿੱਚ ਵਾਰੀ ਆ ਗਈ, ਤੁਸੀਂ ਆਪਣੀ ਫਾਈਲ ਸ਼ੁਰੂ ਕਰਤੀ, ਲੋਟਰੀ ਪਾਉਣੀ ਸ਼ੁਰੂ ਕਰਤੀ, ਫਾਈਲ ਨਹੀਂ ਮੈਂ ਕਹੂੰਗਾ ਇਹਨੂੰ, ਲੋਟਰੀ ਪਾਉਣੀ ਸ਼ੁਰੂ ਕਰਤੀ, ਤਾਂ ਤੁਹਾਨੂੰ ਜਿਹੜੇ 25 ਮਿੰਟ ਮਿਲਣਗੇ, ਠੀਕ ਹੈ, 25 ਮਿੰਟ ਦਾ ਟਾਈਮ ਹੋਊਗਾ। ਤੇ ਪਹਿਲਾਂ ਆਪਾਂ ਕਰਨਾ ਅਕਾਊਂਟ ਕ੍ਰੀਏਟ, ਠੀਕ ਹੈ, ਆਪਣਾ ਜਿਹੜਾ ਅਕਾਊਂਟ ਆ ਉਹ ਕ੍ਰੀਏਟ ਕਰਨਾ, ਹੈ ਨਾ। ਯੂਕੇ ਦੇ ਵਿੱਚ ਜਦੋਂ ਕੋਈ ਵੀ ਆਪਾਂ ਯੂਕੇ ਦੇ ਫਾਈਲ ਦੇ ਸਿਸਟਮ ਕੰਮ ਕਰਨਾ ਹੁੰਦਾ ਤਾਂ ਪਹਿਲਾਂ ਆਪਣਾ ਅਕਾਊਂਟ ਕ੍ਰੀਏਟ ਕਰਨਾ ਪੈਂਦਾ। ਸੋ ਆਪਾਂ ਅਕਾਊਂਟ ਆ ਜਿਹੜਾ ਆਪਣਾ ਕ੍ਰੀਏਟ ਕਰ ਲਾਂਗੇ। ਸੋ ਕੌਣ ਕ੍ਰੀਏਟ ਕਰ ਰਿਹਾ? ਮੈਂ ਮਾਈ ਸੈਲਫ, ਹੈ ਨਾ, ਮੈਂ ਕਰ ਰਿਹਾ। ਸੋ ਮੇਰੀ ਨੈਸ਼ਨੈਲਿਟੀ ਕੀ ਆ? ਇੰਡੀਆ, ਹੈ ਨਾ, ਇੰਡੀਆ ਵਾਲੇ ਇੰਡੀਆ ਭਰਨਗੇ, ਓਬੀਅਸਲੀ ਇੰਡੀਆ ਦੀ ਹੀ ਸਕੀਮ ਆ। ਸੋ ਤੁਸੀਂ ਆਪਣਾ ਪਾਸਪੋਰਟ ਨੰਬਰ ਭਰਨਾ, ਜੋ ਵੀ ਤੁਹਾਡਾ ਪਾਸਪੋਰਟ ਨੰਬਰ ਆ, ਅਤੇ ਕੰਟਰੀ ਜਿਹਨੇ ਇਸ਼ੂ ਕੀਤਾ, ਕੀ ਤੁਹਾਡੇ ਪਾਸਪੋਰਟ 'ਤੇ ਐਕਸਪਾਇਰੀ ਡੇਟ ਹੈ, ਜੋ ਵੀ ਤੁਹਾਡੇ ਪਾਸਪੋਰਟ ਦੀ ਐਕਸਪਾਇਰੀ ਡੇਟ ਆ, ਉਹ ਆਪਾਂ ਇੱਥੇ ਭਰ ਦੇਣੀ ਆ, ਠੀਕ ਹੈ। ਸੋ ਇਹ ਪੁਰਾਣੀ ਵੀਡੀਓ ਆ, ਮੈਂ ਪਹਿਲਾਂ ਹੀ ਦੱਸਦਾ, ਹੁਣ ਕੁਛ ਨਹੀਂ ਹਜੇ ਖੁੱਲਿਆ, ਹਜੇ 16 ਜੁਲਾਈ ਨੂੰ ਖੁੱਲੂਗਾ, ਠੀਕ ਹੈ। ਸੋ ਉਹ ਲਿੰਕ ਆਪਾਂ 16 ਜੁਲਾਈ ਨੂੰ ਖੋਲ੍ਹ ਸਕਦੇ ਹਾਂ, ਪਹਿਲਾਂ ਤਾਂ ਲਿੰਕ ਆਇਆ ਨਹੀਂ। ਸੋ ਫਿਰ ਡੇਟ ਆਫ ਬਰਥ ਭਰ ਦੇਣੀ ਹੈ ਤੁਸੀਂ ਅੱਗੇ, ਇਸ ਤਰੀਕੇ ਨਾਲ ਹੀ ਉਹ ਚੱਲੂਗੀ ਸਾਰੀ, ਹੈ ਨਾ। ਸੋ ਡੇਟ ਆਫ ਬਰਥ ਆਪਾਂ ਫਿਲ ਕਰ ਦੇਣੀ ਆ, ਕੰਟੀਨਿਊ ਕਰ ਦਿਆਂਗੇ। ਉਸ ਤੋਂ ਬਾਅਦ ਤੁਹਾਡਾ ਨਾਮ ਅਤੇ ਤੁਹਾਡਾ ਸਰਨੇਮ, ਹੈ ਨਾ, ਇਹ ਜ਼ਰੂਰੀ ਹੁੰਦਾ। ਕਈਆਂ ਦੇ ਸਿੰਘ ਲਿਖਿਆ ਹੋਊਗਾ, ਤੁਸੀਂ ਸਿੰਘ ਭਰ ਦਿਓ, ਸਰਨੇਮ, ਹੈ ਨਾ। ਸੋ ਤੁਹਾਡੀ ਈਮੇਲ ਐਡਰੈਸ, ਇਹਨੂੰ ਧਿਆਨ ਨਾ ਭਰਨਾ, ਇਹ ਤੁਹਾਡੇ ਕੋਲ ਚੱਲਦੀ ਰਹਿਣੀ ਚਾਹੀਦੀ ਹੈ। ਇਹਦਾ ਪਾਸਵਰਡ ਸਾਰਾ ਕੁਛ ਤੁਹਾਨੂੰ ਪਤਾ ਹੋਣਾ ਚਾਹੀਦਾ, ਕਿਉਂਕਿ ਜਿਹੜੇ ਬੰਦਿਆਂ ਦੀ ਲੋਟਰੀ ਲੱਗ ਜੂਗੀ ਇਹਦੇ 'ਤੇ ਮੇਲ ਆਉਣੀ ਹੈ, ਇਹਦੇ 'ਤੇ ਗਾਂਹ ਤੁਹਾਡਾ ਪ੍ਰੋਸੈਸ ਚੱਲ ਪੈਣਾ, ਠੀਕ ਹੈ। ਸੋ ਇਹ ਗੱਲ ਦਾ ਧਿਆਨ ਰੱਖਿਓ। ਸੋ ਮੇਲ ਆਈਡੀ ਆਪਾਂ ਭਰਤੀ, ਫਿਰ ਇੱਕ ਮੇਲ ਆਈਡੀ ਤੁਹਾਡੀ ਵੈਰੀਫਾਈ ਕਰੂਗਾ, ਉਹ ਤੁਹਾਡੇ ਕੋਡ ਆਊਗਾ ਮੇਲ 'ਤੇ, ਉਹ ਤੁਸੀਂ ਜਿਹੜੇ ਮੇਲ ਸਿਕਿਉਰਿਟੀ ਕੋਡ ਇੱਥੇ ਭਰ ਦੇਣਾ, ਠੀਕ ਹੈ। ਸੋ ਸਿਕਿਉਰਿਟੀ ਕੋਡ ਫਿਲ ਕਰਕੇ ਆਪਾਂ ਕਰ ਦੇਣਾ ਕੰਟੀਨਿਊ, ਤੁਹਾਡੀ ਜਿਹੜੀ ਤੁਸੀਂ ਮੇਲ ਆਈਡੀ ਭਰੀ ਉਸ 'ਤੇ ਆਊਗਾ, ਹੈ ਨਾ। ਫਿਰ ਉਹ ਫੋਨ ਨੰਬਰ ਪੁੱਛਦਾ ਕਿ ਤੁਸੀਂ ਕਿਹੜਾ ਜਿਹੜਾ ਫੋਨ ਨੰਬਰ ਆ ਉਹ ਫਿਲ ਕਰਨਾ, ਹੈ ਨਾ, ਫੋਨ ਨੰਬਰ ਪੂਰਾ ਲਿਖਣਾ, ਸਮਝਦੇ ਹੋ, +91 ਪਾ ਕੇ ਜਾਂ 4 ਜੋ ਵੀ ਕੋਡ ਆ, ਹੈ ਨਾ, ਆਪਣਾ +91 ਆ, ਅਤੇ ਆਪਾਂ +91 ਪਾਵਾਂਗੇ। ਫਿਰ ਉਸ 'ਤੇ ਵੀ ਸਿਕਿਉਰਿਟੀ ਕੋਡ ਮੰਗੂਗਾ ਵੀ ਉਹ ਤੁਹਾਡਾ ਫੋਨ ਹੀ ਆ, ਕਿਤੇ ਤੁਹਾਡੇ ਹੋਰ ਕਿਸੇ ਕੋਲ ਤਾਂ ਨਹੀਂ ਉਹ, ਠੀਕ ਹੈ, ਕਿਉਂਕਿ ਤੁਹਾਡਾ ਅਕਾਊਂਟ ਕ੍ਰੀਏਟ ਹੋ ਰਿਹਾ ਹਲੇ, ਲੋਟਰੀ ਨਹੀਂ ਪੈ ਰਹੀ, ਠੀਕ ਹੈ। ਸੋ ਉਸ ਤੋਂ ਬਾਅਦ ਉਹ ਪੁੱਛਦਾ ਤੁਸੀਂ ਕਿਸੇ ਨੂੰ ਹੈਲਪਰ ਐਡ ਕਰਨਾ ਚਾਹੁੰਦੇ ਹੋ, ਆਪਾਂ ਕਰਨਾ ਤਾਂ ਠੀਕ ਹੈ, ਨਹੀਂ ਤਾਂ ਨਹੀਂ। ਉਸ ਤੋਂ ਬਾਅਦ ਸਾਰੀ ਤੁਹਾਡੇ ਕੋਲ ਡਿਟੇਲ ਆਜੂਗੀ, ਫਿਰ ਵੀ ਤੁਹਾਡੇ 'ਤੇ ਕੋਈ ਗਲਤ ਚੀਜ਼ ਭਰੀ ਗਈ ਹੈ ਤਾਂ ਚੇਂਜ ਕਰ ਸਕਦੇ ਹੋ, ਹੈ ਨਾ। ਸੋ ਪੁੱਛਦਾ ਤੁਸੀਂ ਸਿਕਿਉਰਿਟੀ ਲਈ ਕੀ ਯੂਜ਼ ਕਰਨਾ ਚਾਹੁੰਦੇ ਹਾਂ, ਅਤੇ ਅਸੀਂ ਜੋ ਵੀ, ਹੈ ਨਾ, ਅੱਗੇ ਆ ਗਿਆ। ਸੋ ਉਸ ਤੋਂ ਬਾਅਦ ਆਪਾਂ ਆਈਡੈਂਟੀ ਕਿਹੜੀ ਯੂਜ਼ ਕੀਤੀ ਸੀ, ਜਦੋਂ ਸਾਈਨ ਇਨ ਕਰਾਂਗੇ ਤਾਂ ਆਪਾਂ ਪਾਸਪੋਰਟ ਕੀਤਾ ਸੀ ਅਤੇ ਆਪਾਂ ਪਾਸਪੋਰਟ ਭਰ ਦਿਆਂਗੇ, ਹੈ ਨਾ। ਸੋ ਤੁਹਾਡੇ ਪਾਸਪੋਰਟ ਦਾ ਨੰਬਰ ਕੀ ਆ, ਫਿਰ ਦੁਬਾਰਾ ਪੁੱਛੂਗਾ, ਜਦੋਂ ਆਪਾਂ ਇਹਨੂੰ ਸਾਈਨ ਇਨ ਕਰਾਂਗੇ, ਹੈ ਨਾ, ਸਾਈਨ ਇਨ ਕਰ ਰਹੇ ਹਾਂ ਇਹਨੂੰ ਆਪਾਂ ਹੁਣ। ਸੋ ਫਿਰ ਉਹ ਪੁੱਛੂਗਾ ਤੁਹਾਡੀ ਡੇਟ ਆਫ ਬਰਥ ਕੀ ਆ, ਜਿਵੇਂ ਪਹਿਲਾਂ ਉਹਨੇ ਪੁੱਛੀ ਸੀ। ਸੋ ਤੁਸੀਂ ਡੇਟ ਆਫ ਬਰਥ ਆ ਜਿਹੜੀ ਭਰ ਦੇਣੀ, ਠੀਕ ਹੈ, ਕੰਟੀਨਿਊ ਕਰ ਦੇਣਾ। ਫਿਰ ਉਹ ਪੁੱਛੂਗਾ ਤੁਸੀਂ ਸਿਕਿਉਰਿਟੀ ਕੋਡ ਕਾਹਤੇ ਲੈਣਾ ਚਾਹੁੰਦੇ ਹੋ, ਫੋਨ 'ਤੇ ਵੀ ਲੈ ਸਕਦੇ ਹੋ, ਈਮੇਲ 'ਤੇ ਵੀ ਲੈ ਸਕਦੇ ਹੋ। ਸੋ ਜੇ ਫੋਨ 'ਤੇ ਲਓਗੇ ਤਾਂ ਫੋਨ 'ਤੇ ਲੈ ਲਿਓ, ਠੀਕ ਹੈ। ਸੋ ਸਿਕਿਉਰਿਟੀ ਕੋਡ ਫਿਲ ਕਰਕੇ ਆਪਾਂ ਇਹਨੂੰ ਕਰ ਦੇਣਾ ਕੰਟੀਨਿਊ, ਅਤੇ ਤੁਹਾਡਾ ਜਿਹੜਾ ਅਕਾਊਂਟ ਆ ਉਹ ਅੱਗੇ ਓਪਨ ਹੋ ਗਿਆ, ਦੇਖੋ।
ਤੁਹਾਡਾ ਇੱਕ ਅਕਾਊਂਟ ਬਣ ਗਿਆ, ਇੰਡੀਆ ਯੰਗ ਪ੍ਰੋਫੈਸ਼ਨਲ ਸਕੀਮ ਬੈਲਟ ਖੁੱਲ ਗਿਆ। ਇਹ ਤਾਂ ਪੁਰਾਣੀ ਆ, ਤੁਸੀਂ ਇਹਨੂੰ ਡਿਲੀਟ ਵੀ ਕਰ ਸਕਦੇ ਹੋ ਅਤੇ ਜਾਂ ਫਿਰ ਕੰਟੀਨਿਊ ਐਪਲੀਕੇਸ਼ਨ ਕਰਨਾ ਜੇ ਆਪਾਂ ਅੱਗੇ ਜਾਣਾ ਚਾਹੁੰਦੇ ਹਾਂ, ਆਪਾਂ ਲੋਟਰੀ ਪਾਉਣਾ ਚਾਹੁੰਦੇ ਹਾਂ, ਤਾਂ ਨਾ। ਸੋ ਇਹਨੂੰ ਸੇਵ ਵੀ ਕਰ ਸਕਦੇ ਹੋ, ਡਾਊਨਲੋਡ ਐਪਲੀਕੇਸ਼ਨ PDF ਫੋਰਮ ਤੁਹਾਡੇ ਡਾਊਨਲੋਡ ਹੋ ਜਾਊਗਾ, ਹੈ ਨਾ। ਸੋ ਇਹ ਅੱਗੇ ਸਿਸਟਮ ਆ ਜਾਊਗਾ, ਠੀਕ ਹੈ। ਡਿਲੀਟ ਕਰਨੀ ਡਿਲੀਟ ਕਰ ਸਕਦੇ ਹੋ, ਨਹੀਂ ਅੱਗੇ ਜਾਣਾ ਚਾਹੁੰਦੇ ਤਾਂ। ਸੋ ਇਹ 4-5 ਸਟੈਪ ਆਉਣਗੇ, ਹੁਣ ਆਪਾਂ ਲੋਟਰੀ ਪਾਵਾਂਗੇ, ਠੀਕ ਹੈ। ਸੋ ਕੰਟੈਕਟ ਪ੍ਰੈਫਰੈਂਸ ਪਹਿਲਾਂ ਆਪਾਂ ਕਰਨਾ, ਕੰਟੈਕਟ ਤੋਂ ਕਿਹੜੀ ਈਮੇਲ ID ਹੋ ਆਪਣੀ, ਜੋ ਈਮੇਲ ID ਹੋਊਗੀ ਉਹ ਆਊਗਾ, ਉਹ ਚੈੱਕ ਕਰੂਗਾ ਵੀ ਸਹੀ ਹੈ ਇਹ। ਫਿਰ ਉਸ ਤੋਂ ਬਾਅਦ ਡੈਕਲਰੇਸ਼ਨ ਵੀ ਸਾਰੀਆਂ ਚੀਜ਼ਾਂ ਨਾਲ ਮੈਂ ਸਹਿਮਤ ਹਾਂ, ਮੈਂ ਜੋ ਚੀਜ਼ ਭਰੀ ਆ ਉਹ ਸਹੀ ਆ, ਠੀਕ ਹੈ। ਸੋ ਆਪਾਂ ਜਿਹੜੀ ਉਹ ਡੈਕਲਰੇਸ਼ਨ ਹੈਗੀ ਆ, ਹੈ ਨਾ, ਸਾਰੀ ਚੀਜ਼ ਸਹੀ ਆ ਜੋ ਵੀ ਆ, ਉਹ ਜਿਵੇਂ ਆਪਣਾ ਆਮ ਪੜ੍ਹਦੇ ਆ, ਅਤੇ ਇਹਨੂੰ ਆਪਾਂ ਐਗਰੀ ਕਰ ਦੇਣਾ ਵੀ ਹਾਂ ਅਤੇ ਮੈਂ IM ਦਾ ਬੈਲਟ ਐਪਲੀਕੈਂਟ ਏਜਡ 18 ਔਰ ਓਵਰ, ਠੀਕ ਹੈ, ਇਹ ਭਰ ਦੇਣਾ। ਸੋ ਉਸ ਤੋਂ ਬਾਅਦ ਐਵੀਡੈਂਸ ਅਪਲੋਡ ਕਰਨਾ, ਹੁਣ ਇਹ ਚੀਜ਼ ਮੇਨ ਆ, ਬਹੁਤ ਬੰਦੇ ਇਹਦੇ 'ਚ ਉਲਝਦੇ ਆ। ਇੱਥੇ ਪਾਸਪੋਰਟ ਦੀ ਫੋਟੋ ਕਾਪੀ ਆਪਾਂ ਅਪਲੋਡ ਕਰਨੀ ਹੁੰਦੀ ਹੈ, ਇਹ ਬੰਦੇ ਬਹੁਤ ਉਲਝਦੇ ਆ। ਐਵੀਡੈਂਸ ਅਪਲੋਡ ਬਹੁਤ ਜ਼ਰੂਰੀ ਆ, ਇਹਦੇ ਬਿਨਾਂ ਤੁਹਾਡੀ ਲੋਟਰੀ ਨਹੀਂ ਲੱਗਣੀ। ਸੋ ਖਿਆਲ ਰੱਖਿਓ, ਜਿਹੜਾ ਪਿਛਲੀ ਵਾਰ ਕੀ ਸੀਗਾ, ਉਹ ਕਹਿੰਦੇ ਸੀ ਜਿਹੜਾ ਸਾਈਜ਼ ਆ ਤੁਹਾਡੇ ਫੋਟੋ ਦਾ ਉਹ 6 MB ਤੋਂ ਵੱਧ ਨਹੀਂ ਹੋਣਾ ਚਾਹੀਦਾ, ਘੱਟ ਘੱਟ ਹੋਣਾ ਚਾਹੀਦਾ। ਇਹ ਜਿਹੜੀ ਮਰਜ਼ੀ ਫਾਈਲ ਹੋਵੇ ਲਗਭਗ ਜਮ ਹੋ ਜੂਗੀ ਨਾ, ਇੱਥੇ ਆਪਾਂ ਅਪਲੋਡ ਕਰ ਦਿੰਦੇ ਐਵੀਡੈਂਸ। ਤੁਹਾਡਾ ਸਕੈਨ ਕਾਪੀ ਕਰਕੇ ਤੁਸੀਂ ਰੱਖ ਲਿਓ ਫਰੰਟ ਦੀ, ਜਿਹੜਾ ਫੋਟੋ ਵਾਲਾ ਪੇਜ ਹੁੰਦਾ ਉਹਦੀ, ਠੀਕ ਹੈ, ਅਤੇ ਇੱਥੇ ਚੂਜ਼ ਕਰਕੇ ਫਾਈਲ, ਅਤੇ ਉਹਨੂੰ ਤੁਸੀਂ ਅਪਲੋਡ ਕਰ ਦੇਣਾ। ਸੋ ਅਪਲੋਡ ਹੋ ਗਿਆ, ਉਸ ਤੋਂ ਬਾਅਦ ਤੁਸੀਂ ਇਹਨੂੰ ਵਿਊ ਕਰਨਾ, ਵਿਊ ਕਰ ਲਓ, ਡਿਲੀਟ ਕਰਨਾ, ਵਿਊ ਕਰਕੇ ਤੁਸੀਂ ਦੇਖ ਵੀ ਸਕਦੇ ਹੋ ਵੀ ਸਹੀ ਹੋਇਆ ਜਾਂ ਨਹੀਂ ਹੋਇਆ, ਅਤੇ ਡਿਲੀਟ ਕਰਨਾ ਅਤੇ ਡਿਲੀਟ ਕਰ ਦਿਓ। ਫਿਰ ਉਸ ਤੋਂ ਬਾਅਦ ਕੰਟੀਨਿਊ ਕੀਤਾ, ਤੁਹਾਡੀ ਜਿਹੜੀ ਫਾਈਲ ਹੈ ਇੱਕ ਅਪਲੋਡ ਹੋ ਗਈ ਆ। ਹੋਰ ਕਰਨਾ ਚਾਹੁੰਦੇ ਹੋ ਤਾਂ ਹੋਰ ਕਰ ਲਓ, ਜ਼ਰੂਰੀ ਨਹੀਂ ਆ, ਹੋਰ ਕਰਨਾ ਚਾਹੁੰਦੇ ਤਾਂ ਹੋਰ ਕਰ ਲਓ। ਹੁਣ ਠੀਕ ਆ, ਹੋ ਗਿਆ ਸਾਰਾ ਕੁਛ, ਤਾਂ ਕਨਫਰਮ ਕਰਕੇ ਅਪਲੋਡ ਕਰ ਦਿਓ। ਹਲੇ ਵੀ ਨਹੀਂ ਉਹ ਕਹਿੰਦੇ, ਤੁਸੀਂ ਹਜੇ ਵੀ ਚੈੱਕ ਕਰ ਲਓ, ਕਨਫਰਮ ਐਂਡ ਅਪਲੋਡ। ਚੇਂਜ ਕਰਨਾ ਆਪਾਂ ਕਰ ਸਕਦੇ ਹਾਂ। ਸੋ ਐਵੀਡੈਂਸ ਅਪਲੋਡ ਆਪਣਾ ਹੋ ਗਿਆ, ਹੁਣ ਅੱਗੇ ਆਪਾਂ ਚੱਲ ਜਾਣਾ, ਠੀਕ ਹੈ। ਸੋ ਅੱਗੇ ਤੁਸੀਂ ਜਾਓ, ਜੇ ਸਾਰਾ ਕੁਛ ਕਰੈਕਟ ਆ ਤਾਂ ਦੇਖੋ ਉਹੀ ਫਿਰ ਆਪਣੀ ਫਾਈਲ ਸਾਰੀ ਖੁੱਲ ਗਈ। ਹੁਣ ਐਂਡ 'ਤੇ ਰਹਿ ਗਿਆ ਆਪਣਾ ਸਬਮਿਟ, ਅਤੇ ਆਪਾਂ ਫਾਈਲ ਆ ਜਿਹੜੀ ਐਂਡ 'ਤੇ ਜਾ ਕੇ ਇਹ ਸਬਮਿਟ ਜ਼ਰੂਰ ਕਰਨਾ, ਭੁੱਲਣਾ ਨਹੀਂ। ਬਸ ਇਹੀ ਖੇਡ ਆ ਜਿਹੜੀ 16 ਜੁਲਾਈ ਦੀ, ਇਸ ਤੋਂ ਵੱਧ ਕੋਈ ਖੇਡ ਨਹੀਂ। ਤੁਸੀਂ ਲੋਟਰੀ ਪਾ ਦੇਣੀ ਆ, ਸਬਮਿਟ ਕਰਕੇ ਫਾਈਲ ਤੁਹਾਨੂੰ ਮੇਲ ਆ ਜੂਗੀ, ਹਾਂਜੀ ਤੁਹਾਡੀ ਲੋਟਰੀ ਪੈ ਗਈ। ਤੁਸੀਂ ਫਾਈਲ ਸਬਮਿਟ ਕਰਕੇ ਘਰੇ ਆਰਾਮ ਨਾਲ ਬਹਿ ਜਾਣਾ, ਕਿਸੇ ਕੋਲ ਜਾਣ ਦੀ ਕੀ ਜ਼ਰੂਰਤ ਆ। ਲੋਟਰੀ ਲੱਗ ਗਈ ਤਾਂ ਤੁਹਾਨੂੰ ਫਿਰ ਮੇਲ ਆਊਗੀ, ਫਿਰ ਆਪਾਂ ਅੱਗੇ ਦੱਸਾਂਗੇ ਵੀਜ਼ਾ ਕਿਵੇਂ ਅਪਲਾਈ ਕਰਨਾ, ਠੀਕ ਆ। ਉਮੀਦ ਆ ਤੁਹਾਨੂੰ ਸਮਝ ਆ ਗਈ ਹੋਊਗੀ। ਹੁਣ ਤਾਂ ਬੈਲਟ 'ਚ ਐਂਟਰੀ ਮਾਰ ਲਓਗੇ, ਹੁਣ ਤਾਂ ਉਹਨੂੰ ਕੀ ਔਖਾ, ਹੁਣ ਤਾਂ ਫਿਰ ਬੁਰਕੀ ਤੋੜ ਕੇ ਮੂੰਹ 'ਚ ਪਾਉਣ ਵਾਲੀ ਗੱਲ ਆ ਵੀ ਤੋੜ ਕੇ ਵੀ ਕੋਈ ਹੋਰ ਪਾ ਦੇ। ਹੁਣ ਇਸ ਤੋਂ ਜ਼ਿਆਦਾ ਤਾਂ ਨਹੀਂ ਕੁਛ ਹੋ ਸਕਦਾ, ਜੇ ਤੁਹਾਨੂੰ ਸਾਰੀ ਚੀਜ਼ ਹੀ ਦੱਸਦੀ, ਹੈ ਨਾ, ਮੋਬਾਈਲ 'ਤੇ ਪਾ ਲਓ, ਲੈਪਟੋਪ 'ਤੇ ਪਾ ਲਓ, ਜਿੱਥੇ ਮਰਜ਼ੀ ਕਰ ਲਓ। ਸੋ ਉਮੀਦ ਆ ਤੁਹਾਨੂੰ ਵੀਡੀਓ ਪਸੰਦ ਆਈ ਹੋਊਗੀ, ਵੀਡੀਓ ਨੂੰ ਲਾਈਕ ਕਰ ਦਿਓ, ਸ਼ੇਅਰ ਕਰ ਦਿਓ, ਹੁਣ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਓ, 2 ਬੰਦਿਆਂ ਨੂੰ ਸ਼ੇਅਰ ਵੀ ਕਰ ਦਿਓ, ਅਤੇ ਇੰਸਟਾਗ੍ਰਾਮ ਚੈਨਲ 'ਤੇ ਜਾ ਕੇ ਮੇਰੇ ਨਾਲ ਗੱਲ ਕਰਨੀ ਹੈ ਤੁਸੀਂ ਮੈਸੇਜ ਕਰ ਦਿਓ। ਜੇ UK ਹੈਲਪ ਗਰੁੱਪ ਜੁਆਇਨ ਕਰਨਾ ਤਾਂ ਡਿਸਕ੍ਰਿਪਸ਼ਨ 'ਚ ਕਰ ਲਓ, ਥੋੜ੍ਹੀ ਬਹੁਤ ਮਦਦ ਤੁਹਾਡੀ ਉੱਧਰ ਵੀ ਹੋ ਜਾਂਦੀ ਹੈ। ਸੋ ਮਿਲਾਂਗੇ ਨੈਕਸਟ ਵੀਡੀਓ ਦੇ ਵਿੱਚ, ਕੁਛ ਨਵੀਂ ਜਾਣਕਾਰੀ ਲੈ ਕੇ, ਯੂਥ ਮਿਲਟੀ ਵੀਜ਼ਾ ਨੂੰ ਲੈ ਕੇ ਜੇ ਹੋਰ ਵੀ 1-2 ਵੀਡੀਓ ਆ, ਸੋ ਉਹ ਵੀ ਸ਼ੇਅਰ ਕਰਦੇ ਹਾਂ ਤੁਹਾਡੇ ਨਾਲ ਜਲਦੀ। ਸੋ ਤਦ ਤੱਕ ਲਈ ਆਗਿਆ ਦਿਓ, ਸਤਿ ਸ਼੍ਰੀ ਅਕਾਲ।